ये मेरे चाचा जी तो एक ब्रदर ही छोटा चाचा जी का बेटा है तो इन्हों का ना एक्सीडेंट हो गया जी कल गरवाली दे लागे। ਬਾਏ ਨੇਮ ਪਰਚਾ ਦਰਜ ਕਰਕੇ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ ਤੇ ਤੁਹਾਨੂੰ ਇਨਸਾਫ ਦਵਾਇਆ ਜੀ ਕਿਉਂਕਿ ਸਾਰੇ ਉਹਨਾਂ ਨੇ ਜਾ ਕੇ ਦੁੱਖਾ ਮਾਰਿਆ ਸਾਥ ਦੇਣ ਦਾ ਉਦੋਂ ਸਾਨੂੰ ਦੱਸਿਆ ਗਿਆ ਜੀ ਕਹਿੰਦੇ ਉਸ ਵੇਲੇ ਮੌਕੇ ਤੇ ਮੌਤ ਹੋ ਗਈ ਜਦੋਂ ਸਾਨੂੰ ਪਤਾ ਲੱਗਾ ਅਸੀਂ ਤੇ ਫਿਰ ਉਸ ਵੇਲੇ ਬਾਅਦ ਚ ਗਏ ਜੀ ਤੇ ਡਰਾਈਵਰ ਦੀ ਅਣਗਹਿਲੀ ਕਾਰਨ ਹਾਦਸਾ ਹੈ ਵਾਪਰਿਆ ਉਹਨੇ ਰੌਂਗ ਸਾਈਡ ਮਾਰੀ ਇਹਨਾਂ 'ਚ ਗੱਡੀ ਅਣਕ ਸੜਕ ਹਾਦਸੇ 'ਚ ਪਿਓ ਪੁੱਤ ਦੀ ਹੋਈ ਮੌਤ ਇੱਟਾਂ ਦੇ ਵਿੱਚ ਉਜੜਿਆ ਹੱਸਦਾ ਵਸਦਾ ਪਰਿਵਾਰ ਸਕੂਲ ਵੈਨ ਨੇ ਮੋਟਰਸਾਈਕਲ ਨੂੰ ਮਾਰੀ ਭਿਆਨਕ ਟੱਕਰ ਆਏ ਦਿਨ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਇਹਨਾਂ ਸੜਕ ਹਾਦਸਿਆਂ ਨੇ ਪਤਾ ਹੀ ਨਹੀਂ ਕਿੰਨੇ ਕੁ ਘਰ ਉਜਾੜ ਦਿੱਤੇ ਨੇ ਤਾਜ਼ਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਕੂਲ ਵੈਨ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰੀ ਅਤੇ ਇਸ ਭਿਆਨਕ ਸੜਕ ਹਾਦਸੇ ਦੌਰਾਨ ਪਿਓ ਪੁੱਤ ਦੀ ਮੌਤ ਹੋ ਗਈ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਪਿੰਡ ਝੰਡੇਰ ਨੂੰ ਵਾਪਸ ਆਉਂਦੇ ਸਮੇਂ ਪਿਓ ਪੁੱਤ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਕਿਉਂਕਿ ਮਿੰਟਾਂ ਦੇ ਵਿੱਚ ਹੀ ਹੱਸਦਾ ਵਸਦਾ ਘਰ ਉੱਜੜ ਗਿਆ ਪਰਿਵਾਰ ਦੇ ਦੱਸਣ ਮੁਤਾਬਿਕ ਪਿਓ ਪੁੱਤ ਮੋਟਰਸਾਈਕਲ ਤੇ ਸਵਾਰ ਹੋ ਕੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਗਏ ਸੀ ਤੇ ਪਿੰਡ ਗਰਵਾਲੀ ਨੇੜੇ ਸਕੂਲ ਵੈਨ ਵੱਲੋਂ ਭਿਆਨਕ ਟੱਕਰ ਮਾਰੀ ਗਈ ਜਿਸ ਕਾਰਨ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਮੈਂ ਮਾਨ ਸਿੰਘ ਜੀ ਕੀ ਗੱਲਬਾਤ ਹੋਈ ਕਿੱਦਾਂ ਜਿਹੜਾ ਇਹਨਾਂ ਦੀ ਮੌਤ ਹੋਈ ਐ ਇਹ ਜਿਹੜਾ ਡੈਥ ਹੋਈ ਐ ਮੇਰੇ ਬ੍ਰਦਰ ਆ ਜੀ ਛੋਟੇ ਤੇ ਪੱਲੇਦਾਰ ਆ ਜੀ ਗਰੀਬ ਬੰਦੇ ਦੋਵੇਂ ਭਰਾ ਦੋਵੇਂ ਪਿਓ ਪੁੱਤ ਮਜ਼ਦੂਰ ਆ ਜੀ ਤੇ ਕਿੱਥੇ ਜਾਣ ਦਾ ਇਹ ਆ ਰਹੇ ਸੀ ਜੀ ਇਹਨਾਂ ਦੇ ਸਾਲੇ ਦੀ ਲੜਕੀ ਦਾ ਸ਼ਾਦੀ ਸੀ ਉੱਥੋਂ ਉਹਨਾਂ ਨੂੰ ਮਿਲ ਕੇ ਤਾਂ ਆ ਰਹੇ ਸੀ ਇਹ ਵਾਪਸ ਸਵੇਰੇ ਇਹ ਹੁੰਦਾ ਮਜ਼ਦੂਰ ਨੂੰ ਕਿ ਮੈਂ ਦਿਹਾੜੀ ਲਾ ਲਾ ਸਵੇਰ ਦੇ ਟਾਈਮ 'ਤੇ ਮਜ਼ਦੂਰੀ ਕਰਨ ਵਾਸਤੇ ਸਵੇਰੇ ਫਿਰ ਆ ਰਹੇ ਸੀ ਉਦੋਂ ਜਲਦੀ 'ਚ ਵੀ ਅਸੀਂ ਇੱਥੇ ਜਾਈਏ ਤੋਂ ਹਾਦਸਾ ਕਿੱਥੇ ਵਾਪਰਦਾ ਹਾਦਸਾ ਵਾਪਰਦਾ ਜੀ ਗਰਵਾਲੀ ਮੌਕੇ 'ਤੇ ਮੌਤ ਹੋਈ ਜੀ ਐਕਸੀਡੈਂਟ 'ਚ ਉਦੋਂ ਸਾਨੂੰ ਦੱਸਿਆ ਗਿਆ ਜੀ ਕਹਿੰਦੇ ਉਸੇ ਵੇਲੇ ਮੌਕੇ 'ਤੇ ਮੌਤ ਹੋ ਗਈ ਜਦੋਂ ਸਾਨੂੰ ਪਤਾ ਲੱਗਾ ਅਸੀਂ ਤਾਂ ਫਿਰ ਉਸ ਵੇਲੇ ਬਾਅਦ 'ਚ ਗਏ ਜੀ ਵੱਜੇ ਕਾਹ 'ਚ ਇਹ ਇੱਕ ਵੈਨ ਸੀ ਸਕੂਲ ਵਾਲੀ ਉਹਦੇ ਵਿੱਚ ਵੱਜੇ ਜੀ ਰੌਂਗ ਸਾਈਡ ਤੋਂ ਹਾਂਜੀ ਪੁਲਿਸ ਨੇ ਕਾਰਵਾਈ ਕੀਤੀ ਹੈ ਜੀ ਉਹਨਾਂ ਨੇ ਅਰੈਸਟ ਕੀਤਾ ਡਰਾਈਵਰ ਨੂੰ ਅਤੇ ਡਰਾਈਵਰ ਦਾ ਲਾਇਸੈਂਸ ਨਹੀਂ ਹੈਗਾ ਜੀ ਕੀ ਨਾਮ ਵੀਰ ਤੁਹਾਡਾ ਹਾਂਜੀ ਮੇਰਾ ਨਾਮ ਵੀਰ ਜੀ ਬਲਵਿੰਦਰ ਸਿੰਘ ਹੈ ਜੀ ਜਿਨ੍ਹਾਂ ਦੀ ਮੌਤ ਹੋਈ ਆ ਸੜਕ ਹਾਦਸੇ 'ਚ ਇਹ ਕੀ ਲੱਗਦੇ ਤੁਹਾਡੇ ਇਹ ਮੇਰੇ ਚਾਚਾ ਜੀ ਅਤੇ ਇੱਕ ਬ੍ਰਦਰ ਸੀ ਛੋਟਾ ਚਾਚਾ ਜੀ ਦਾ ਬੇਟਾ ਸੀ ਅਤੇ ਇਹਨਾਂ ਦਾ ਨਾ ਐਕਸੀਡੈਂਟ ਹੋ ਗਿਆ ਜੀ ਕੱਲ੍ਹ ਇਹ ਗਰਵਾਲੀ ਦੇ ਲਾਗੇ ਬਾਬਾ ਟਾਹਲਾ ਸਾਹਿਬ ਜੀ ਦੇ ਲਾਗੇ ਉੱਥੇ ਸਕੂਲ ਵੈਨ ਸੀ ਬੀਬੀ ਕੌਲਾਂ ਜੀ ਪਬਲਿਕ ਸਕੂਲ ਉਹਨਾਂ ਦੀ ਵੈਨ ਸੀ ਅਤੇ ਡਰਾਈਵਰ ਦੀ ਅਣਗਹਿਲੀ ਕਾਰਨ ਹਾਦਸਾ ਹੈ ਵਾਪਰਿਆ ਉਹਨੇ ਰੌਂਗ ਸਾਈਡ ਮਾਰੀ ਇਹਨਾਂ 'ਚ ਗੱਡੀ ਅਤੇ ਉਮਰ ਬ੍ਰਦਰ ਦੀ ਤਾਂ ਹੈਗੀ ਸੀ 24 ਸਾਲ ਅਤੇ ਚਾਚਾ ਜੀ ਦੀ 42 ਸਾਲ ਸੀ ਇਹ 'ਚ ਅਤੇ ਜਦੋਂ ਵੀ ਸਾਨੂੰ ਪਤਾ ਲੱਗਾ ਕਿ ਆ ਹਾਦਸਾ ਹੋ ਗਿਆ ਵਾ ਅਤੇ ਦੇਖਿਆ ਜਾ ਕੇ ਤਾਂ ਇਹਨਾਂ ਦੀ ਮੌਕੇ 'ਤੇ ਡੈਥ ਹੋ ਗਈ ਸੀ ਅਤੇ ਅਸੀਂ ਇਨਸਾਫ ਚਾਹੁੰਦੇ ਹਾਂ ਗਰੀਬ ਪਰਿਵਾਰ ਆ ਏਵਨ ਮੀਡੀਆ ਲਈ ਤਰਨ ਤਾਰਨ ਤੋਂ ਹਰਮਨ ਦੀ ਖਾਸ ਰਿਪੋਰਟ